ਅਸਲਾਮ ਵਾਲੇਕਮ ਅੱਜ ਅਸੀਂ ਆਏ ਹਾਂ ਚਾਰੇ ਭਰਾ ਇੱਕ ਨਵੇਂ ਟੌਪਿਕ ਦੇ ਨਾਲ ਅੱਜ ਅਸੀਂ ਸਾਡੀ ਗੈਦਰਿੰਗ ਹੋਈ ਸੀ ਆਖਿਆ ਚਲੋ ਗੈਟ ਟੂਗੈਦਰ ਹੋ ਗਿਆ ਚਲੋ ਇੰਜੋਏ ਕਰਨੇ ਆ ਅਤੇ ਸਾਡੇ ਸਫ਼ਰ ਇੰਜ ਦੇ ਹੀ ਹੁੰਦੇ ਨੇ ਜਦੋਂ ਵੀ ਅਸੀਂ ਰਲ ਜਾਈਏ ਚਵਲਾਂ ਹੀ ਮਾਰੀ ਦੀਆਂ ਨੇ ਇਹ ਵੇਖੋ ਇਰਫਾਨ ਜਿਵੇਂ ਸੀਮਿੰਟ ਦਾ ਨਾਨ ਹੁੰਦਾ ਮਿੱਠਾ ਨਿਕਲੇ ਫਿੱਕਾ ਨਿਕਲੇ ਤੁਹਾਡਾ ਬੜੀ ਚੰਗੀ ਹੁੰਦੀ ਤੂੰ ਚਵਲਾ ਮਾਰੀ ਜਾ ਰਿਹਾ ਤੂੰ ਇਹ ਵੀ ਤਾਂ ਆ ਗਿਆ ਬੱਚੇ ਚਵਲਾ ਹੀ ਮਾਰਨੇ ਅੱਛਾ ਤੁਮੇ ਦੀ ਗੱਲ ਤੇ ਹੱਸੀ ਜਾਂਦੇ ਮੇਰੀ ਗੱਲ ਤੇ ਯਾਰ ਨਹੀਂ ਸ਼ਾਹਦ ਮਾਰ ਜੂਗਾ ਤਾਂ ਹੱਸੀਏ ਕਰੋ ਯਾਰ ਗੱਲ ਮੈਂ ਹੱਸਾਂਗਾ ਤੂੰ ਗੈਰਾਂ ਦੀਆਂ ਗੱਲਾਂ ਤੇ ਹੱਸਣਾ ਸਾਡੀਆਂ ਹਾਂਜੀ ਕਿੰਨੇ ਚ ਲੰਗਰ ਲਿਆਂਦਾ ਲੋਟੇ ਚ ਲੰਗਰ ਲਿਆ 3 ਪੀਸ ਪਾ ਕੇ ਲੰਗਰ ਹੀ ਲੈਣ ਚ ਲੱਗਾ ਜਾ ਸ਼ੇਰ ਹੋਸਟਲ ਆਈ ਨੂੰ ਰੋਟੀ ਦੇਣ ਲਈ ਤੇ ਅੱਗੋਂ ਕਹਿੰਦਾ ਮੈਂ ਸੀ ਧੀਆਂ ਭੈਣਾਂ ਕੋਲੋਂ ਕੁਛ ਖਾਂਦੇ ਪੀਂਦੇ ਨਹੀਂ ਸਿੰਗਲ ਚਾਬੀ ਵਾਲਾ ਤਾਲਾ ਹੁੰਦਾ ਉੱਚੀ ਜਗ੍ਹਾ ਤੇ ਥੁੱਕ ਸੱਟਿਆ ਹੁੰਦਾ ਲੰਘਾਈ ਹੈ ਹਾਂਜੀ ਥੁੱਕ ਲੰਘਾਈ ਹੋਈ ਕੰਕਰੀਟ ਵਾਲੇ ਪੁੱਤਾਂ ਚਾਵਲ ਪਕਾਏ ਜਿਹੜੇ ਬੰਦਾ ਬਹਿ ਕੇ ਉੱਠਦਾ ਨਾ ਸੁਪਰਮੈਨ ਸੀ ਉੱਠਦਾ ਪਿਆ ਤਾਰਾਂ ਚੜ ਗਿਆ ਸੁਪਰਮੈਨ ਸੀ ਕਿਸੇ ਨੇ ਚਾਬੇ ਨਾਲ ਲੁੱਟ ਗਿਆ ਆਪਣੇ ਆਪ ਨੂੰ ਆਪੇ ਹੀ ਕਬਾੜੀਏ ਨੂੰ ਵੇਚ ਆਇਆ ਆਇਰਨ ਮੈਨ ਤੇ ਕਿਸੇ ਨੇ ਮੈਗਨੇਟ ਲਾ ਕੇ ਖਿੱਚ ਲਿਆ ਮੋਟਰਸਾਈਕਲ ਹੀ ਖੰਜਰਾ ਪਾਸ ਲੈ ਗਿਆ ਪਤਾ ਤੁਹਾਨੂੰ ਕਿੰਦੀ ਗੱਡੀ ਹੈ ਮੇਰੀ ਹੱਥ ਵਾਲੀ ਰੇੜੀ ਨੂੰ ਆਟੋ ਲਾ ਕੇ ਲਾਇਆ ਸਾਡਾ ਇਹਨੂੰ ਜਿਹੜਾ ਵੀ ਹੱਥ ਲਾਇਆ ਕਦੇ ਕਿਤੇ ਹੋਈ ਕਿੱਡੀ ਹੋਈ